दारू शरे आम बेच रहा पुलिस महकमा नाल गलिया दारू तुसी बेच रहे हो दारू जिहड़ी रंगे हत्थी पकड़ी है दारू मैं पीने रखी है नहीं एडी वड़ी पीने रख ली देखो सर पीने रखी कि ठेका कि बोलोगे कितने ठेका मार्केट कहते सरेआम बेचो दारू नहीं सरेआम नहीं बेचो कहते कहते बेचो परमिशन है दारू तुसी बेच रहे हो गलत है या सही है ना दसो गलत है या सही है दारू तुसी बेच रहे हो शरेआम गलत है या सही है दारू बेचना गलत है या सही है अच्छा बिल लगे बिल लगे को दारू का बिल है ठेके नहीं है नहीं है ना फिर तुसी गलत हो ठेके दे पैसे लेंदे ठीक है ओके अच्छा इन्होंने उधार दे दिए चंगे है पैसे मांगे माड़े हो गए नहीं हो तुहाडे को परमिशन है कि नहीं है परमिशन ठेके वाले देके जांदे सानू ठेके वाले देके जांदे ठेके वाले कहंदे हां भी बेचो हां जी गलत नहीं समझदे ठेके वाले कहंदे साडा माल है तुसी बेचो तुहानू कोई कुछ नहीं कहूगा नहीं जे ठेके वाले ठेके वाले सीपी थोड़ा लागे डीएसपी थोड़ा लागे वो नहीं पता वो कहंदे साडा माल है इलीगल है इलीगल ना ते चीज अपनी गलती मन्नो नहीं मन्नदे दसो मैनू गलबात की हुई है जी प्रधान एरिया ਇਹ ਜਵਾਹਰ ਨਗਰ ਗਲੀ ਨੰਬਰ 10 ਹੈ ਜੀ ਠੀਕ ਹੈ ਜੀ ਕੀ ਗੱਲਬਾਤ ਹੋਈ ਜੀ ਇਹ ਕਈ ਕਈ ਹੈ ਜੀ ਹਾਂਜੀ ਆ ਇਹਨਾਂ ਦੀ ਸੁਣ ਲਓ ਜੀ ਛੱਡੋ ਤੁਸੀਂ ਬੋਲੋ ਪਹਿਲਾਂ ਇਹ ਬੰਦਾ ਸ਼ਰੇਆਮ ਦਾਰੂ ਵੇਚ ਰਿਹਾ ਅਸੀਂ ਵੀ ਪੀਂਦੇ ਹਾਂ ਕੋਈ ਐਸੀ ਗੱਲ ਨਹੀਂ ਹੈਗੀ ਅਸੀਂ ਇਹਨੂੰ ਕਿਹਾ ਕਈ ਵਾਰੀ ਬੱਚੇ ਲੈਣ ਆਉਂਦੇ ਆ ਇਹ ਸ਼ਰੇਆਮ ਵੇਚੀ ਜਾਂਦਾ ਮੈਂ ਕਿਹਾ ਇਹ ਕੰਮ ਨਾ ਕਰ ਬੱਚਿਆਂ ਨੂੰ ਨਾ ਦਿਆ ਕਰ ਇਹ ਤਾਂ ਠੀਕ ਹੈ ਜਿਹੜਾ ਵੇਚਦਾ ਹੈ ਜਾਂ ਕਿਹੜੀ ਜਗ੍ਹਾ ਹੈ ਨਹੀਂ ਕਹਿੰਦਾ ਮੇਰੇ ਕੋਲ ਪਰਮਿਸ਼ਨ ਹੈ ਜੀ ਮੈਂ ਪੁਲਿਸ ਨੂੰ ਪੈਸੇ ਦਿੰਦਾ ਐਮਐਲਏ ਦਾ ਸਿਰ ਮੇਰੇ ਸਿਰ ਤੇ ਮੇਰੇ ਹੱਥ ਹੈ ਇਹ ਗੱਲ ਕਹੀ ਹੈ ਤੂੰ ਮੈਨੂੰ ਗੱਲ ਐਮਐਲਏ ਦੇ ਹੋਈ ਨਾ ਪੁਲਿਸ ਲਿਆ ਦੀ ਹਾਂ ਇਹ ਠੀਕ ਹੈ ਇਹ ਕਹਿੰਦਾ ਸ਼ਰੇਆਮ ਮੈਂ ਕਹਿੰਦਾ ਪੈਸੇ ਦਿੰਦਾ ਪੁਲਿਸ ਨੂੰ ਮੈਨੂੰ ਕੋਈ ਰੋਕ ਨਹੀਂ ਸਕਦਾ ਅੱਜ ਅਸੀਂ ਰੰਗੇ ਹੱਥੀ ਫੜਿਆ ਆ ਦੇਖੋ ਜੀ ਦਿਖਾਓ ਕਿੰਨਾ ਕੁ ਹੋਣਾ ਜੀ ਇਹ ਜਿਹੜਾ ਦਾਰੂ ਪਕੜੀ ਇਹ ਗਿਣਿਓ ਜੀ ਕਿੰਨੇ ਪਊਏ ਤੇ ਪਊਏ ਵੇਚਦਾ ਜੀ ਇਹ ਕਿੰਨੀ ਚਿਕਨ ਦੀ ਦੁਕਾਨ ਹੈ ਇਹਦੀ ਇਹਦੀ ਚਿਕਨ ਦੀ ਦੁਕਾਨ ਅੱਛਾ ਚਿਕਨ ਦੀ ਦੁਕਾਨ ਦੇ ਵਿੱਚ ਇਹ ਵੇਚ ਰਿਹਾ ਜੀ ਸ਼ਰੇਆਮ ਵੇਚਦਾ ਜੀ ਤੇ ਕਿਹਦੀ ਸ਼ਾਇਦ ਇਹ ਕੰਮ ਚੱਲ ਰਿਹਾ ਇਹ ਇੱਕ ਦੋ ਵਾਰੀ ਅਸੀਂ ਇਹਨੂੰ ਪੁੱਛਿਆ ਦਬਕਾ ਵੀ ਮਾਰਿਆ ਇਹ ਕਹਿੰਦਾ ਜੀ ਮੇਰੇ ਸਿਰ ਤੇ ਐਮਐਲਏ ਦਾ ਹੱਥ ਹੈ ਪੁਲਿਸ ਨੂੰ ਮੈਂ ਪੈਸੇ ਦੇਣਾ ਕਿਹੜਾ ਐਮਐਲਏ ਇਹ ਇਹਨੂੰ ਪਤਾ ਹੋਣਾ ਜੀ ਨਹੀਂ ਤੁਸੀਂ ਉਹਨੇ ਨਾਮ ਲੈ ਰਹੇ ਸੀ ਪਹਿਲਾਂ ਮੰਤਰੀ ਸਾਹਿਬ ਦਾ ਨਾਮ ਲੈ ਇੱਕ ਮਿੰਟ ਜੀ ਪਹਿਲਾਂ ਮੰਤਰੀ ਦਾ ਨਾਮ ਬਦਨਾਮ ਕਰਦਾ ਰਿਹਾ ਹੁਣ ਗੋਗੀ ਸਾਹਿਬ ਦਾ ਨਾਮ ਬਦਨਾਮ ਕਰ ਰਿਹਾ ਜੀ ਇਹ ਤੁਹਾਡੇ ਸਾਹਮਣੇ ਖੜਾ ਗੋਗੀ ਜਿਹੜੇ ਆਮ ਆਦਮੀ ਪਾਰਟੀ ਹਾਂਜੀ ਆਮ ਆਦਮੀ ਪਾਰਟੀ ਤੋਂ ਜੀ ਅੱਛਾ ਜੀ ਹਾਂਜੀ ਤੇ ਹੁਣ ਕਿੰਨੇ ਲੰਬੇ ਸਮੇਂ ਤੋਂ ਇਹ ਦਾਰੂ ਵੇਚ ਰਿਹਾ ਜੀ ਇੱਥੇ ਘੱਟੋ ਘੱਟ ਇਹਨੂੰ
पाँच सात साल मैं देखते हो गया। अच्छा। बड़ा नत्त पाने की कोशिश की पर नहीं पाई गई, पर हूँ जो असं शरेआम आ गए अं नत्त पा के हटा जी असी शराब। हाँ जी मेरे को लिखित पई है मेरी गड्डी के मेरी गड्डी खड़ी है, लिखित शिकायत पई है, मैं देनी चाहता सगा, मैं अज इन समझा आया पर इसने अज भी नशा इसने भी किया हो प्रशासन तो और सरकार तो एक मांग करते हैं जिहड़ी घर घर दारू बिक रही है चिट्टा दा नत्थ पैनी नहीं आम आदमी तो ना इन्हों तो पैनी ना पाई जानी, लेकिन जिहड़ी घर घर दारू बेच रहे हैं ये बंद कर दी जाए, नहीं तो फिर असी आ जिहड़ा रूप है साडा ਇਹ ਕੱਲ ਨੂੰ ਵੱਡਾ ਰੂਪ ਬਣ ਕੇ ਆਊਗਾ, ਨਾ ਅਸੀਂ ਕਿਸੇ ਐਮ ਐਲ ਏ ਨੂੰ ਦੇਖਣਾ ਨਾ ਕਿਸੇ ਨੂੰ ਪੁਲਿਸ ਨੂੰ ਦੇਖਣਾ। ਗੱਲ ਕਰੀਏ ਰਿਹਾਇਸ਼ੀ ਇਲਾਕਾ ਜਿਹੜਾ ਨਾਲ ਹੈ ਘਰ ਦੇ ਵਿੱਚ ਛੋਟੇ ਛੋਟੇ ਬੱਚੇ ਵੀ ਆਉ ਵੀ ਇੱਥੇ ਆਉਂਦੇ ਹੋਣੇ, ਕਿਤੇ ਨਾ ਕਿਤੇ ਗਲਤ ਪ੍ਰਭਾਵ ਨਹੀਂ ਪੈ ਰਿਹਾ ਜੀ? ਪੈ ਰਿਹਾ ਜੀ, ਬਹੁਤ ਗਲਤ ਪ੍ਰਭਾਵ ਪੈ ਰਿਹਾ, ਸ਼ਾਮ ਨੂੰ ਇੱਥੋਂ ਧੀ ਭੈਣ ਲੰਘ ਨਹੀਂ ਸਕਦੀ, ਧੀ ਭੈਣ ਲੰਘ ਨਹੀਂ ਸਕਦੀ, ਇੱਥੇ ਸ਼ਰਾਬੀ ਖੜੇ ਹੁੰਦੇ ਆ। ਅਤੇ ਪੁਲਿਸ ਨੂੰ ਤਲਾਕ ਕੀਤੀ ਹੁਣ ਤੁਸੀਂ? ਭਾਈ ਸਾਹਿਬ ਲਿਖਤ ਪਈ ਆ, ਅਸੀਂ ਇਹਨੂੰ ਸਮਝਾਉਣ ਆਏ ਸੀਗੇ, ਹੁਣ ਤਲਾਕ ਕੀਤੀ ਹੈ, ਸਵੇਰੇ ਕਰਾਂਗੇ ਜੀ। ਅਤੇ ਹੁਣ ਕੀ ਕਾਰਵਾਈ ਕਰਾਉਂਗੇ ਜੀ? ਇਹ ਤਾਂ ਬਣਦਾ ਪਰਚਾ ਜਿਹੜਾ ਬਣਦਾ ਜੇ ਪੁਲਿਸ ਨੇ ਨਾ ਦਿੱਤਾ, ਮੈਂ ਸੀ ਪੀ ਸਾਹਿਬ ਨੂੰ ਸਵੇਰੇ ਲਿਖਤ ਉਹ ਦਊਂਗਾ। ਅੱਜ ਤਾਂ ਪਰਚਾ ਦੇਣ ਲੱਗੇ। ਅੱਛਾ, ਕੀ ਮੈਟਰ ਕੀ ਹੈ ਪੂਰਾ ਭਾਜੀ? ਇਹ ਸ਼ਰਾਬ ਵੇਚਦਾ ਕਿਤੇ, ਤੂੰ ਇੱਥੇ ਬਾਹਰ ਦੁਕਾਨ 'ਚ ਸੀ, ਇੱਥੇ ਬਾਹਰ ਪਈ ਸ਼ਰਾਬ ਪਈ ਸੀ, ਇੱਥੇ ਬਾਹਰ ਸ਼ਰਾਬ ਫੜ ਦੀ ਦੁਕਾਨ 'ਤੇ, ਅਤੇ ਲੋਕਾਂ ਨੇ ਮੁਹੱਲੇ ਵਾਲਿਆਂ ਨੇ ਫੜਿਆ ਜੀ? ਮੁਹੱਲੇ ਵਾਲਿਆਂ ਨੇ ਬਾਈ, ਅਤੇ ਬਾਹਰ ਸ਼ਰਾਬੀ ਮੁਹੱਲੇ ਵਾਲੇ ਇਕੱਠੇ ਹੋਏ ਹੀ ਫੜਿਆ, ਆਪਾਂ ਕਾਰਵਾਈ ਕਰ ਦਿੰਦੇ ਬੰਦੇ 'ਤੇ ਪਰਚਾ ਦਵਾਂਗੇ। ਮਾਮਲੇ ਦਰਜ ਹੋਏ? ਪਹਿਲਾਂ ਤਾਂ ਪਰਚਾ ਦਰਜ ਆ 64 ਸ਼ਰਾਬ ਦਾ। ਕਿੰਨੇ ਵਾਰ ਮਾਮਲੇ ਦਰਜ ਹੋ ਗਏ? ਮੇਰੇ ਇੱਕ ਦੋ ਮੁਕੱਦਮੇ ਦਰਜ ਹੈਗੇ ਇੱਥੇ। ਅਤੇ ਹੁਣ ਫਿਰ ਕਾਰਵਾਈ ਮੁਕੱਦਮਾ ਦਰਜ ਕਰਾਂਗੇ ਸ਼ਰਾਬ ਦਾ? ਸ਼ਰਾਬ ਕਈਆਂ ਦੇ ਨਾਮ ਵੀ ਇਸ਼ੂ ਲੈਂਦਾ ਵੀ ਮੈਂ ਉਹਨਾਂ ਨੂੰ। ਕੋਈ ਗੱਲ ਨਹੀਂ, ਤਫਤੀਸ਼ ਕਰਾਂਗੇ, ਸਾਹਮਣੇ ਆਊਗਾ ਉੱਥੇ ਕਾਰਵਾਈ ਕਰਾਂਗੇ, ਪਤਾ ਲੱਗੂਗਾ। ਕਿਹੜੇ ਠਾਣੇ ਦਾ ਮਾਮਲਾ ਸਰ? ਚੌਂਕੀ ਕੋਚਰ ਮਾਰਕੀਟ ਦਾ ਜੀ।